ਦੇਖੋ ਅਸੀਂ ਪਤਾ ਨਹੀਂ ਕਿਉਂ ਹਾਸਿਆਂ ਨੂੰ ਹੰਝੂਆਂ ਨਾਲ ਹਮੇਸ਼ਾ ਉੱਪਰ ਮੰਨਦੇ ਹਾਂ। ਜ਼ਿੰਦਗੀ ਦੇ ਵਿੱਚ ਸਿਰਫ ਹਾਸ ਰਸ ਹੋਵੇ ਤਾਂ ਵੀ ਜ਼ਿੰਦਗੀ ਸੰਪੂਰਨ ਨਹੀਂ ਹੈ। ਇੱਕ ਐਸਾ ਇਮੋਸ਼ਨ ਹੈ ਜਦ ਤੱਕ ਮਾਂ ਬਾਹਰੋਂ ਆਏ ਪੁੱਤ ਨੂੰ 10 ਸਾਲਾਂ ਬਾਅਦ ਆਏ ਨੂੰ ਕਲੇਜੇ ਨਾਲ ਲਾ ਕੇ ਉਹ ਹੱਸੇਗੀ ਥੋੜ੍ਹਾ, ਉਹ ਪਹਿਲਾਂ ਰੋਏਗੀ 5 ਮਿੰਟ ਟਕਾ ਕੇ, ਜਦ ਤੱਕ ਰੋਏਗੀ ਨਹੀਂ ਨਾ ਪੁੱਤ ਨੂੰ ਸਕੂਨ ਆਉਣਾ ਨਾ ਮਾਂ ਨੂੰ, ਹੱਸਣਾ ਤਾਂ ਹੁੰਦਾ ਹੀ ਹੈ। ਸੋ ਇਹ ਵੀ ਇੱਕ ਇਮੋਸ਼ਨ ਹੈ। ਆਈ ਰਿਸਪੈਕਟ ਦਿਸ ਇਮੋਸ਼ਨ ਆਲਸੋ।